ਮਨਜੀਤ ਸਿੰਘ ਸਨ ਆਫ ਅਮਰ ਸਿੰਘ ਪਿੰਡ ਦਾਤੂ ਮਾਜਰਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੈਂ 6-7 ਸਾਲ ਤੋਂ ਬਵਾਸੀਰ ਤੋਂ ਪੀੜਿਤ ਸੀਗਾ ਮੈਨੂੰ ਪਤਾ ਲੱਗਿਆ ਕਿ ਫਤਿਹਗੜ੍ਹ ਸਾਹਿਬ ਕੈਂਪ ਲੱਗਿਆ ਮੈਂ ਉੱਥੇ ਕੈਂਪ ਵਿੱਚ ਚੈੱਕਅਪ ਕਰਾਇਆ ਅਤੇ ਉਹਨਾਂ ਨੇ ਮੈਨੂੰ ਰਾਣਾ ਹੋਸਪਿਟਲ ਵਿੱਚ ਦੱਸਿਆ ਬਾਰੇ ਦੱਸਿਆ ਮੈਂ ਅੱਜ ਹੁਣ ਆਪਰੇਸ਼ਨ ਕਰਾ ਕੇ ਠੀਕ ਹਾਂ ਮੈਂ ਆਪਣੇ ਘਰ ਨੂੰ ਜਾ ਰਿਹਾ ਨਾਮ ਗੁਰਪਾਲ ਸਿੰਘ ਹੈ ਪਿੰਡ ਬੰਬੇ ਮਾਜਰੇ ਮੈਨੂੰ ਬਾਬਾ ਸਾਹਿਬ ਦੀ 2-3 ਸਾਲ ਦੀ ਪ੍ਰੋਬਲਮ ਸੀ ਪਤਾ ਲੱਗਿਆ ਸੀ ਕਿ ਸਰਹੰਦ ਕੈਂਪ ਲੱਗ ਰਿਹਾ ਅਤੇ ਮੈਂ ਕੈਂਪ ਵਿੱਚ ਗਿਆ ਉੱਥੇ ਮੈਂ ਚੈੱਕਅਪ ਕਰਾਇਆ ਸੀ ਅਤੇ ਉੱਥੇ ਮੈਨੂੰ ਰਾਣਾ ਹੋਸਪਿਟਲ ਵਿੱਚ ਭੇਜ ਦਿੱਤਾ ਹੋਸਪਿਟਲ 'ਚ ਮੇਰਾ ਆਪਰੇਸ਼ਨ ਹੋ ਗਿਆ ਤਾਂ ਮੈਂ ਫਰੀ ਆਪਰੇਸ਼ਨ ਹੋ ਗਿਆ ਤਾਂ ਠੀਕ ਠਾਕ ਮੈਂ ਘਰਾਂ ਜਾ ਰਿਹਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕੈਂਪ ਦਾ ਰਾਣਾ ਹੋਸਪਿਟਲ ਦਾ ਜੀ ਮੈਨੂੰ ਲੁਧਿਆਣੇ ਦੇ ਰਹਿਣ ਵਾਲਾ ਜੀ ਮੈਨੂੰ ਆਵਾਸੀ 4 ਸਾਲ ਤੋਂ ਹੈਗੀ ਸੀ ਨਾਮ ਮੇਰਾ ਸਰਜੀਤ ਸਿੰਘ ਹੈ ਮੈਨੂੰ ਪਤਾ ਲੱਗਿਆ ਸੀ ਸਰਹੰਦ ਦੇ ਵਿੱਚ ਕੈਂਪ ਲੱਗ ਰਿਹਾ ਜੀ ਮੈਂ ਚੈੱਕਅਪ ਵਾਸਤੇ ਗਿਆ ਸੀ ਜੀ ਮੇਰਾ ਚੈੱਕਅਪ ਫਰੀ ਹੋ ਗਿਆ ਜੀ ਮੈਨੂੰ ਉਹਨਾਂ ਨੇ ਰਾਣਾ ਹਸਪਤਾਲ 'ਚ ਭੇਜ ਦਿੱਤਾ ਸੀ ਜੀ ਰਾਣਾ ਹਸਪਤਾਲ ਦੇ ਵਿੱਚ ਮੇਰਾ ਫਰੀ ਹੋ ਗਿਆ ਆਪਰੇਸ਼ਨ ਮੈਂ ਠੀਕ ਠਾਕ ਘਰ ਜਾ ਰਿਹਾ ਅਤੇ ਸਟਾਫ ਨੇ ਬਹੁਤ ਵਧੀਆ ਧਿਆਨ ਰੱਖਿਆ ਜੀ ਕੇਅਰ ਬਹੁਤ ਵਧੀਆ ਕਰੀ ਹੈ ਮੇਰੀ ਧੰਨਵਾਦ ਕਰਦਾ ਜੀ ਹੋਸਪਿਟਲ ਦਾ ਰਾਣਾ ਹੋਸਪਿਟਲ ਦਾ ਜੀ ਅਤੇ ਨਾਲੇ ਕੈਂਪ ਦਾ ਮੇਰਾ ਨਾਮ ਪਰਮਜੀਤ ਕੁਮਾਰ ਹੈ ਮੈਂ ਲੁਧਿਆਣੇ ਦਾ ਰਹਿਣ ਵਾਲਾ ਮੈਂ 2-3 ਸਾਲ ਤੋਂ ਪ੍ਰੋਬਲਮ ਸੀ ਉਹਦੇ ਵਿੱਚ ਕੈਂਪ ਲੱਗਿਆ ਸੀ ਮੈਂ ਉੱਥੇ ਚੈੱਕਅਪ ਕਰਾਇਆ ਉੱਥੇ ਉਹਨਾਂ ਨੇ ਮੈਨੂੰ ਰਾਣਾ ਹੋਸਪਿਟਲ ਦੇ ਵਿੱਚ ਭੇਜ ਦਿੱਤਾ ਅਤੇ ਮੇਰਾ ਪੇਸ਼ੈਂਟ ਠੀਕ ਠਾਕ ਹੋ ਗਿਆ ਅਤੇ ਹੁਣ ਮੈਂ ਬਿਲਕੁਲ ਠੀਕ ਹਾਂ ਹੁਣ ਮੈਂ ਆਪਣੇ ਘਰ ਚੱਲਿਆ